ਕਿ ਜਦੋਂ ਸਿੱਧੂ ਮੂਸੇਵਾਲੇ ਦੇ ਗੀਤ ਦਾ ਜ਼ਿਕਰ ਕਰਦੇ ਹੋ ਤਾਂ ਤੁਸੀਂ 295 ਨੂੰ ਮੈਚ्योर ਗੀਤ ਦੱਸਦੇ ਹੋ ਲੇਕਿਨ ਜਿਹੜਾ ਐਸ.ਓ.ਆਈ.ਐਲ. ਗੀਤ ਜੋ ਹੁਣ ਰਿਲੀਜ਼ ਹੋਇਆ ਔਰ ਜਿਸ ਤਰੀਕੇ ਦੇ ਨਾਲ ਲੋਕ ਉਹਨੂੰ ਸੁਣਤੇ ਪਏ ਔਰ ਜਿਸ ਤਰੀਕੇ ਦੇ ਨਾਲ ਉਹਦੀ ਵਾਹਵਾਹੀ ਹੁੰਦੀ ਪਈ ਆ ਉਹਨੂੰ ਤੁਸੀਂ ਇਮੈਚ्योर ਦੱਸਦੇ ਹੋ ਸਾਡੀ ਤਾਂ ਸਾਰੀ ਲਾਈਫ ਡਿਸਟਰਬ ਹੋ ਗਈ ਆਈ ਵਾਸ ਦਾ ਓਨਲੀ ਚਾਈਲਡ ਆਫ ਮਾਈ ਪੇਰੈਂਟਸ ਮੇਰੇ ਮਦਰ ਵੀ ਬਿਲਕੁਲ ਇਕੱਲੇ ਪੈ ਗਏ ਉਹ ਵੀ ਬਹੁਤ لیکن ਇਹ ਵੀ ਇੱਕ ਕਹਾਣੀ ਹੈ ਇਹ ਵੀ ਇੱਕ ਸਟੋਰੀ ਇਹ ਵੀ ਦੱਸਣੀ ਬੜੀ ਜ਼ਰੂਰੀ ਹੈ ਕਿ ਬਲਵਿੰਦਰ ਸਿੰਘ ਜਟਾਨਾ ਔਰ ਉਹਨਾਂ ਨੇ तमाम ਜੋ ਸਾਥੀ ਜਦੋਂ ਅਟੈਕ ਕਰਦੇ ਆ ਉਹਦੇ ਵਿੱਚ ਅਫਤਾਰ ਸਿੰਘ ਔਲਖ ਵੀ ਸੀਗੇ ਉਹਦੇ ਵਿੱਚ ਐਮ ਐਲ ਸਿੱਖਰੀ ਵੀ ਸੀਗੇ ਔਰ ਇਹਨਾਂ ਦਾ ਜੋ ਰੰਝਾ ਉਹੀ ਹੈ ਕਿ ਸਿਆਸਤ ਜੋ ਸੀਗੀ ਆਪਣਾ ਖੇਡ ਰਚਾਰੀ ਸੀਗੀ ਸਿਆਸਤ ਜੋ ਸੀਗੀ ਐਸਵਾਈਐਲ ਦੇ ਉੱਤੇ ਬਖੂਬੀ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਉਹੀ ਕਰਦੀ ਪੀਸੀ ਲਈ ਲੇਕਿਨ ਜੋ ਨੌਕਰੀ ਦੇ ਪੇਸ਼ੇ ਦੇ ਵਿੱਚ ਸੀਗੇ ਅੰਜਾਮ ਉਹਨਾਂ ਨੂੰ ਭੁਗਤਨੇ ਪਏ ਲੇਕਿਨ ਜਿਹੜਾ ਇਹ ਇਹਦੇ ਵਿੱਚ ਟੋਪੀ ਤੇ ਟਰਬਨ ਇਹ ਇਹ ਇਹਨਾਂ ਨੂੰ ਦੋ ਤਰੀਕਾ ਬਣਾ ਕੇ ਪੇਸ਼ ਕੀਤਾ ਗਿਆ ਐਸ ਵੀ ਆਰ ਗੀਤ ਦੇ ਵਿੱਚ ਫਿਰ ਕੁਝ ਇਦਾਂ ਕਿਹਾ ਗਿਆ ਕਿ ਜੇ ਮਤਲਬ ਐਜ਼ ਇਫ ਐਜ਼ ਇਫ ਦ ਕਿਲਰਸ ਆਫ ਯੂ نو ਇੰਜੀਨੀਅਰਸ ਆਫ ਐਸ ਵੀ ਆਰ ਐਂਡ ਲੇਬਰਰਸ ਦੇ ਹੈਵ ਬੀਨ ਗਲੋਰੀਫਾਈਡ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਲੋ ਮੇਰੇ ਫਾਦਰ ਸਾਰੇ ਗੱਲ ਸਾਂਝੀ ਕਰਦੇ ਸੀ ਉਹਨਾਂ ਨੂੰ ਤਾਂ ਕੋਈ ਤਬਕੀਆਂ ਨਹੀਂ ਆ ਰਹੀਆਂ ਸੀ ਕਿ ਮਿਸਟਰ ਸੇਕਰੀ ਦੇ ਵੱਲੋਂ ਉਹ ਵੀ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਸੀ। ਤੁਹਾਡੇ ਆਪਣੇ ਵੀ ਤੁਹਾਡਾ ਸਾਥ ਛੱਡ ਜਾਂਦੇ ਆ ਕਈ ਜਿਹੜੇ ਪਹਿਲਾਂ ਤੁਹਾਨੂੰ ਆਪਣਾ ਉਹਨਾਂ ਨੇ ਜਿਹੜੇ ਵੀਰ ਜੀ ਵੀਰ ਜੀ ਕਹਿੰਦੇ ਨਹੀਂ ਥੱਕਦੇ ਸੀ ਉਹ। ਔਰ SYL ਕੋਈ ਆਲਕ ਸਾਬ ਦਾ ਜਾਂ ਸੇਕਰੀ ਸਾਹਿਬ ਦਾ ਪਰਸਨਲ ਮੁੱਦਾ ਜਾਂ ਪ੍ਰੋਜੈਕਟ ਤਾਂ ਹੈ ਨਹੀਂ ਸੀ। ਉਹ ਤਾਂ ਇੱਕ ਸਰਕਾਰ ਦੇ ਵਸ਼ਿੰਦੇ ਸੀ। ਚਾਹੇ ਕੋਈ ਵੀ ਹੋਵੇ ਕਿਸੇ ਦੀ ਵੀ ਮ੍ਰਿਤਿ ਹੋਈ ਹੈ ਕਿਸੇ ਜਿਹੜੇ ਵੀ ਲੋਕ ਮਾਰੇ ਗਏ ਨੇ ਇਹਨਾਂ ਸਾਰੇ ਆਪਰੇਸ਼ਨਸ ਦੇ ਵਿੱਚ ਜਿਵੇਂ ਕਿ ਈਵਨ ਬਲਵਿੰਦਰ ਸਿੰਘ ਜਟਾਣਾ ਈਵਨ ਮੂਸੇਵਾਲਾ ਸਾਨੂੰ ਇਹਨਾਂ ਸਾਰਿਆਂ ਦੀ ਮੌਤ ਦਾ ਵੀ ਉਨਾ ਹੀ ਦੁੱਖ ਹੈ ਅਸੀਂ ਇਹ ਨਹੀਂ ਕਹਿੰਦੇ ਕੋਈ ਸਾਡਾ ਦੁੱਖ ਇਹਨਾਂ ਨਾਲੋਂ ਬਹੁਤ ਹੈ ਕਿਉਂਕਿ ਜਿੱਥੇ ਵੀ ਕੋਈ ਬੰਦਾ ਜਾਂਦਾ ਉਹ ਆਪਣੇ ਪਿੱਛੇ ਬਹੁਤ ਸਾਰੀਆਂ ਬਹੁਤ ਰੋਣੇ ਥੋਣੇ ਛੱਡ ਕੇ ਜਾਂਦਾ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਲੇਕਿਨ ਜਾਂਦਾ ਜਾਂਦਾ ਸਿੱਧੂ ਮੂਸੇਵਾਲਾ ਇੱਕ ਗੀਤ ਲਿਖੇ ਜਾਂਦਾ ਹੈ ਜਿਸ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੁੰਦਾ ਹੈ ਔਰ ਉਸ ਬਲਵਿੰਦਰ ਸਿੰਘ ਜਟਾਣਾ ਦਾ ਜਦੋਂ ਜ਼ਿਕਰ ਹੁੰਦਾ ਤਾਂ ਸੋਸ਼ਲ ਮੀਡੀਆ ਤੋਂ ਲੈ ਕੇ ਖਬਰਾਂ ਦੀਆਂ ਸੁਰਖੀਆਂ ਤੱਕ ਲੋਕ ਜਾਣਨਾ ਚਾਹੁੰਦੇ ਕਿ ਬਲਵਿੰਦਰ ਸਿੰਘ ਜਟਾਣਾ ਕੌਣ ਹੈ ਪਿੰਡ ਵੀ ਪਹੁੰਚੇ ਲੋਕ ਜਟਾਣਾ ਹੋਰਾਂ ਦੀ ਫੈਮਿਲੀ ਦੇ ਨਾਲ ਗੱਲਬਾਤ ਵੀ ਕੀਤੀ ਲੇਕਿਨ 26 ਸੈਕਟਰ ਦੇ ਦਫ਼ਤਰ ਦੇ ਵਿੱਚ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀਗਾ ਬਲਵਿੰਦਰ ਸਿੰਘ ਜਟਾਣਾ ਦੇ ਵੱਲੋਂ ਅਫਤਾਰ ਸਿੰਘ ਔਲਖ ਤੇ ਐਮ ਐਲ ਸੇਖਰੀ ਸਾਹਿਬ ਉਹਨਾਂ ਨੂੰ ਸਰਿਆਂ ਦਿਨ ਦਿਹਾੜੇ ਗੋਲੀਆਂ ਦੇ ਨਾਲ ਮਾਰ ਦਿੱਤਾ ਜਾਂਦਾ ਹੈ। ਔਰ ਅਫਤਾਰ ਸਿੰਘ ਆਲਖ ਹੋਰਾਂ ਦੀ ਇੱਕ ਬੇਟੀ ਹੈ ਅਰਵਿੰਦ ਕੌਰ। ਉਹਨਾਂ ਦੀ ਜ਼ਿੰਦਗੀ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ guzri ਔਰ ਕੀ ਸੰਘਰਸ਼ ਰਿਹਾ ਉਹਨਾਂ ਦਾ ਇਹ ਜਾਨਣਾ ਵੀ ਜ਼ਰੂਰੀ ਹੈ। ਕਿਉਂਕਿ ਬਲਵਿੰਦਰ ਸਿੰਘ ਜਟਾਣਾ ਨੂੰ ਸਿੱਧੂ ਮੂਸੇਵਾਲਾ ਇੱਕ ਅਲੱਗ ਪਹਿਲੂ ਦੇ ਨਾਲ ਪੋਰਟਰੇ ਕਰਕੇ ਗਏ ਹੈ। ਲੇਕਿਨ ਜਿਨ੍ਹਾਂ ਦੇ ਘਰ ਦੇ ਜੀ ਉਸ ਦੌਰਾਨ ਮਰ ਗਏ। ਇਹ ਉਹਨਾਂ ਨੇ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਨੇ ਆਪਣੀ तमाम ਜ਼ਿੰਦਗੀ ਉਹ ਉਮਰ ਕਿਸ ਤਰ੍ਹਾਂ ਹੰਡਾਈ ਹੈ ਇਹ ਜਾਨਣਾ ਵੀ ਜ਼ਰੂਰੀ ਹੈ ਅਰਵਿੰਦ ਜੀ ਇਸ ਇਨਸੀਡੈਂਟ ਬਾਰੇ ਜਦੋਂ ਵੀ ਜ਼ਿਕਰ ਚਲਦਾ ਮੈਂ ਪੜ੍ਹਦਾ ਵੀ ਪਿਆ ਸੀ ਹਮੇਸ਼ਾ ਤੁਸੀਂ ਭਾਵੁਕ ਹੁੰਨੇ ਹੋ ਕਿਉਂਕਿ ਇੱਕ ਧੀ ਦੇ ਲਈ ਇੱਕ ਬੇਟੀ ਦੇ ਲਈ ਆਪਣੇ ਪਿਤਾ ਨੂੰ ਖੋਣਾ ਸਭ ਤੋਂ ਵੱਡਾ ਸਦਮਾ ਹੁੰਦਾ ਹੈ ਔਰ ਜਿਸ ਤਰੀਕੇ ਦੇ ਨਾਲ ਹੁਣ ਅਸੀਂ ਦੇਖਦੇ ਪਿਆ ਕਿ ਬਲਵਿੰਦਰ ਸਿੰਘ ਜਟਾਨਾ ਦਾ ਨਾਮ ਦੁਬਾਰਾ ਸੁਰਖੀਆਂ ਦੇ ਵਿੱਚ ਹੈ ਜਦੋਂ ਤੁਹਾਡੇ ਤੱਕ ਇਹ ਗੀਤ ਪਹੁੰਚਦਾ ਹੈ ਤੁਹਾਡੇ ਦਿਲ ਤੇ ਕੀ ਬੀਤਦੀ ਹੈ ਮੈਂ ਕੀ ਕਹਿ ਸਕਦੀ ਹਾਂ ਸਾਡੀ ਤਾਂ ਸਾਰੀ ਲਾਈਫ ਹੀ ਡਿਸਟਰਬ ਹੋ ਗਈ ਆਈ ਵਾਸ ਦਾ ਓਨਲੀ ਚਾਈਲਡ ਆਫ ਮਾਈ ਪੇਰੈਂਟਸ ਮੇਰੇ ਮਦਰ ਵੀ ਬਿਲਕੁਲ ਇਕੱਲੇ ਪੈ ਗਏ ਉਹ ਵੀ ਬਹੁਤ डिप्रेशन ਵਿੱਚ ਰਹੇ ساری ਉਮਰ ਮੇਰੇ ਫਾਦਰ ਦੀ ਚਤ ਤੋਂ ਬਾਅਦ ਵੀ ਪੂਰੇ ਬਹੁਤ ਬੁਰੀ ਤਰ੍ਹਾਂ ਡਿਸਟਾਪ ਹੋ ਗਏ एकदम ਬਦਲ ਹੀ ਗਈ ਸਾਰੀ ਲਾਈਫ ਤੇ ਮੈਂ ਹੁਣ ਇਸ ਬਾਰੇ ਕੀ ਕਹਿ ਸਕਦੀ ਹਾਂ ਇਹ ਤਾਂ ਇਹਨਾਂ ਲੋਕਾਂ ਦੇ ਆਪਣੇ ਤਰੀਕੇ ਨੇ ਸੋਚਣ ਦੇ ਸਾਡੀ ਜਿਹੜੀ ਲਾਈਫ ਹੈ ਉਹ ਤਾਂ ਬਿਲਕੁਲ ਟੌਪ ਸਿੱਟਰ ਵੀ ਹੋ ਗਈ ਮੇਰੇ ਫਾਦਰ ਇੱਕ ਬਹੁਤ ਹੀ अच्छे शरीफ इंसान सन और बहुत ही हाईली एजुकेटेड आई आई टी खड़गपुर तो उन्होंने इंजीनियरिंग की जिथे भी रहे हर एक जगह उन्होंने बहुत ही रिस्पेक्ट सी बहुत ही अच्छे किरदार दे इंसान सें सोचा भी नहीं कि सा इस तरह हो रबा वरत गया हूँ ਤੇ ਫਿਰ ਕੀ ਕਹਿ ਸਕਦੇ ਆ ਜੇ ਲੋਕੀ ਉਸ ਨੂੰ ਉਲਟਾਪੁਲਟਾ ਕਰਕੇ ਆਪਣੇ ਮਤਲਬ ਕੱਢ ਰਹੇ ਨੇ ਤੇ ਆਪਣੀ ਤਰੀਕੇ ਨਾਲ ਉਸ ਨੂੰ ਪੇਸ਼ ਕਰ ਰਹੇ ਨੇ ਉਸ ਤੋਂ ਬਾਅਦ ਮੇਰੇ ਮੈਨੂਵੀ ਨੇ ਨਾ ਕੋਈ ਚੌਬ ਨਹੀਂ ਦਿੱਤੀ ਕਹਿੰਦੇ ਵੀ ਤੁਸੀਂ ਆਲਰੇਡੀ ਮੈਰਿਡ ਹੋ ਤੁਸੀਂ ਆਪਣੇ ਫਾਦਰ ਦੇ ਉੱਤੇ ਡਿਪੈਂਡੈਂਟ ਨਹੀਂ ਸੀਗੇ ਇਹ ਕਹਿ ਕੇ ਇਹਨਾਂ ਨੇ ਇੱਕ ਲੋ ਮੇਰੇ ਉੱਤੇ ਅਪਲਾਈ ਕਰ ਦਿੱਤਾ ਤੇ ਮੈਂ ਕਹਿ ਸਕਦੀ ਹਾਂ ਕਿ ਬਿਲਕੁਲ ਜੀ ਮੈਂ ਤੁਹਾਡੇ ਕੋਈ ਇਹ ਜਾਨਣਾ ਚਾਹਨਾ ਅਫਤਾਰ ਸਿੰਘ ਹੌਲਕ ਖੋਰਾ ਨੂੰ ਉਸ ਦੌਰਾਨ ਜਦੋਂ S Y L ਦਾ ਨਿਰਮਾਣ ਹੋਣਾ ਸੀ ਉਹਨਾਂ ਕੋਲ ਪ੍ਰੋਜੈਕਟ ਸੀਗਾ ਹਾਂਜੀ ਉਸ ਵੇਲੇ ਉਹਨਾਂ ਨੂੰ ਧਮਕੀਆਂ ਵੀ ਆਉਂਦੀਆਂ ਸੀਗੀਆਂ ਲੇਕਿਨ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਉਹ ਧਮਕੀਆਂ ਉਸ ਸਮੇਂ ਦੇ ਹਾਲਾਤ ਉਹਨਾਂ ਨੇ ਸਾਂਝੇ ਨਹੀਂ ਕੀਤੇ ਉਹਨਾਂ ਨੂੰ ਮੇਰੇ ਫਾਦਰ ਸਾਰੇ ਗੱਲ ਸਾਂਝੀ ਕਰਦੇ ਸੀ ਉਹਨਾਂ ਨੂੰ ਤਾਂ ਕੋਈ ਧਮਕੀਆਂ ਨਹੀਂ ਆ ਰਹੀਆਂ ਸੀਗੇ ਮਿਸਟਰ ਸੇਕਰੀ ਦੇ ਵੱਲੋਂ ਉਹ ਵੀ ਸਾਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਸੀ ਪਹਿਲਾਂ ਸਾਨੂੰ ਤਾਂ ਕੁਝ ਨਹੀਂ ਪਤਾ ਚੱਲਿਆ ਜੇ ਅਸਰਾ ਹੁੰਦਾ ਤਾਂ ਅਸੀਂ ਉਹਨਾਂ ਨੂੰ ਰੋਕਦੇ ਜਾਣ ਹੀ ਨਾ ਦਿੰਦੇ ਐਸ.ਆਈ.ਐਲ ਦੇ ਦਫ਼ਤਰ 'ਚ ਬਾਅਦ ਵਿੱਚ ਉਹ ਸਾਨੂੰ ਪਤਾ ਲੱਗਿਆ ਕਿ ਮਿਸਟਰ ਸੇਕਰੀ ਨੂੰ ਦੇ ਪਰਿਵਾਰ ਨੂੰ ਪਤਾ ਸੀਗਾ ਕਿ ਉਹਨਾਂ ਨੂੰ ਧਮਕੀ ਆ ਰਹੀਆਂ ਸਾਡੂ ਤਾਂ ਬਿਲਕੁਲ ਵੀ ਮੇਰੇ ਫਾਦਰ ਨੇ ਕਦੇ ਵੀ ਅਸਰੰਦੀ ਦੀ ਕਿਸੇ ਗੱਲ ਦਾ ਜ਼ਿਕਰ ਨਹੀਂ ਕੀਤਾ ਜਿਸ ਜਗ੍ਹਾ ਤੇ ਮੈਂ ਇਸ ਵਕਤ ਬੈਠਾ ਹੋਇਆ ਇਸ ਜਗ੍ਹਾ ਦਾ ਨਾਮ ਅਵਤਾਰ ਸ਼ੀਸ਼ ਹੈ ਔਰ ਅਵਤਾਰ ਸਿੰਘ ਆਲਖਹਰਾਂ ਦੀ ਮੌਤ ਤੋਂ ਬਾਅਦ ਇਸ ਜਗ੍ਹਾ ਨੂੰ ਉਸੇ ਤਰੀਕੇ ਦੇ ਨਾਲ ਮੇਨਟੇਨ ਕੀਤਾ ਗਿਆ ਔਰ ਅਵਤਾਰ ਸਿੰਘ ਆਲਖਹਰਾਂ ਦੀ ਯਾਦ ਦੇ ਵਿੱਚ ਇਸ ਘਰ ਦਾ ਨਾਮ ਅਵਤਾਰ ਸ਼ੀਸ਼ ਰੱਖਿਆ ਗਿਆ ਮੇਰੇ ਨਾਲ ਕੈਪਟਨ ਗੁਰੂ ਨੇ ਵੀ ਹੈਗੇ ਨੇ ਜੋ ਅਰਵਿੰਦ ਜੀ ਦੇ ਪਤੀ ਹੈ ਔਰ ਉਹਨਾਂ ਨੇ ਇਹ ਫੈਸਲਾ ਕੀਤਾ ਅਵਤਾਰ ਸਿੰਘ ਔਲਖ ਦੀ ਮੌਤ ਤੋਂ ਬਾਅਦ ਕਿ ਉਹ ਇਸੇ ਮਕਾਨ ਦੇ ਵਿੱਚ ਰਹਿਣਗੇ ਔਰ तमाम ਜ਼ਿੰਦਗੀ ਉਹ ਇੱਥੇ ਕੱਟਣਗੇ ਤੁਹਾਡੇ ਲਈ ਵੀ ਬੜਾ ਸੰਘਰਸ਼ ਰਿਹਾ ਸਰ ਕਿ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਇਹਨਾਂ ਨੂੰ ਸੰਭਾਲਣਾ ਔਰ ਚੀਜ਼ਾਂ ਨੂੰ ਓਕੇ ਵਧਾਣਾ ਨੇਚਰਲੀ ਸਰ ਬਹੁਤ ਬਹੁਤ ਸੰਘਰਸ਼ ਰਿਹਾ ਔਰ ਜਦੋਂ ਕੋਈ ਤੁਹਾਡੇ ਪਰਿਵਾਰ ਦਾ ਵੱਡਾ ਬਡੇਰਾ ਅਚਾਨਕ ਐਦਾਂ ਤੁਰ ਜਾਵੇ ਤਾਂ ਬਹੁਤ ਪ੍ਰੋਬਲਮਸ ਆਉਂਦੀਆਂ ਤੁਹਾਡੇ ਆਪਣੇ ਵੀ ਤੁਹਾਡਾ ਸਾਥ ਛੱਡ ਜਾਂਦੇ ਆ ਕਈ ਜਿਹੜੇ ਪਹਿਲਾਂ ਤੁਹਾਨੂੰ ਆਪਣਾ ਇਹਨੂੰ ਕਹਿੰਦੇ ਜਿਹੜੇ ਵੀਰ ਜੀ ਵੀਰ ਜੀ ਕਹਿੰਦੇ ਨਹੀਂ ਥੱਕਦੇ ਸੀ ਉਹ ਕਈ ਚੀਜ਼ਾਂ ਦੇ ਮਸਲੇ ਸ਼ੁਰੂ ਹੋ ਜਾਂਦੇ ਆ ਫਿਰ ਤਾਂ ਪ੍ਰੋਪਰਟੀਆਂ ਦੇ ਵੀ ਮਸਲੇ ਹੋਏ ਮਦਰ ਨੂੰ ਬੜੀ ਪ੍ਰੋਬਲਮ ਹੋਈ ਮੇਰੇ ਮਿਸੇਸ ਨੂੰ ਪ੍ਰੋਬਲਮ ਸੋ ਹੋ ਗਿਆ ਨਜਿੱਟ ਹੌਲੇ 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 ਬਟ ਵਨ ਥਿੰਗ ਇਜ਼ देयर दैट ਲਾਈਕ ਮਾਈ ਵਾਈਫ ਇਸ ਸੇਇੰਗ ਥੈਟ ਸ਼ੀ ਐਕਚੁਅਲੀ ਔਲਕ ਸਾਹਿਬ ਬਹੁਤ ਹੀ ਸੰਜੀਦਾ ਔਰ ਬੜੇ ਜੈਂਟਲ ਇਨਸਾਨ ਸੀਗੇ ਉਹਨਾਂ ਨੇ ਸ਼ੇਅਰ ਨਹੀਂ ਕੀਤੀ ਹੋਣੀ ਇਹ ਗੱਲ ਕੀਤੀ ਨਹੀਂ ਮੈਨੂੰ ਪਤਾ ਹੈ ਕਿ ਉਹਨਾਂ ਤੱਕ ਇਹ ਚੀਜ਼ ਸੀਗੀ ਕਿਸੇ ਹੱਦ ਤੱਕ ਕਿਉਂਕਿ ਉਹਨਾਂ ਦੇ ਇਮੀਡੀਏਟ ਆਫੀਸਰ ਦੇ ਵਰ ਲਾਈਕ ਕੁਲੀਗਸ ਦੇ ਵਰ ਆਲਮੋਸਟ ਲਾਈਕ ਹੀ ਵਾਸ ਦਾ ਸੈਕੰਡ ਇਨ ਦਾ ਸੀਨੀਅਰਟੀ ਇਨ ਐਸਵਾਈਐਲ ਔਲਕ ਸਾਹਿਬ ਸੇਕਰੀ ਸਾਹਿਬ ਵਾਸ ਨੰਬਰ 1 ਆਹ ਇਹ ਹੋ ਨਹੀਂ ਸਕਦਾ ਕਿ ਉਹਨਾਂ ਨੂੰ ਪਤਾ ਨਾ ਹੋਵੇ ਜਾਂ ਉਹਨਾਂ ਕੋਲ ਕੋਈ ਇਦਾਂ ਦੀ ਗੱਲਬਾਤ ਨਾ ਹੀ ਹੋਵੇ ਲੇਕਿਨ ਉਹ ਸ਼ੇਅਰ ਨਹੀਂ ਸੀ ਕਰਦੇ ਉਹ ਬਹੁਤ ਹੀ ਗੰਭੀਰ ਔਰ ਬੜੇ ਹੀ ਮੈਚਿਓਰ ਪਰਵਰਤੀ ਦੇ ਇਨਸਾਨ ਸੀ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਅਰਵਿੰਦ ਦੇ ਕੋਲ ਛੋਟੀ ਜੀ ਬੱਚੀ ਸੀ ਮੇਰੀ ਜਿਹੜੀ ਹੁਣ ਬੇਟੀ ਹੈ ਸ਼ੀ ਇਜ਼ ਅ ਲਾਇਰ ਨਾਓ ਬਟ ਉਹ ਬਹੁਤ ਛੋਟੀ ਸੀ ਜਦੋਂ ਬਪਾ ਜੀ ਦੀ ਡੈਥ ਹੋਈ ਹੈ ਫਿਊ ਆਈ ਥਿੰਕ ਫਿਊ ਮੰਥਸ ਸੋ ਉਹ ਇਸ ਕਰਕੇ ਵੀ ਸ਼ਾਇਦ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਸ਼ੇਅਰ ਹੀ ਨਹੀਂ ਕੀਤੀਆਂ ਆਪਣੇ ਮਿਸਿਸ ਨੂੰ ਵੀ ਹੋਰ ਜ਼ਿਆਦਾ ਨਹੀਂ ਸੀ ਕੋਈ ਦੱਸਦੇ ਹੁੰਦੇ ਆਦਰਵਾਇਜ਼ ਨਾਰਮਲ ਗੱਲਾਂ ਹਰ ਇੱਕ ਬੰਦਾ ਕਰਚ ਕਰਦਾ ਹੀ ਹੈ ਸਰ ਤੁਸੀਂ ਡਿਸੀਜਨ ਲਿੱਤਾ ਕਿ ਅਸੀਂ ਅਸੀ ਥਾਂ ਤੇ ਰਾਂਗੇ ਔਰ ਘਰ ਦਾ ਨਾਮ ਤੁਸੀਂ ਅਵਤਾਰ ਸ਼ੀਸ਼ ਰਖਤਾ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਕਿਉਂ ਕੀਤਾ ਇਹ ਉਹਨਾਂ ਦੀ ਜਿਹੜੀ ਸਮ੍ਰਿਤੀ ਹੈ ਉਹਨੂੰ ਅਮਰ ਕਰਨ ਲਈ ਅਸੀਂ ਕੋਈ ਬਿਕੋਜ਼ ਵੀ ਆਰ ਨਾਟ ਕਿੰਗਸ ਅਸੀਂ ਤਾਂ ਸਾਦੇ ਬੰਦੇ ਆ ਤੇ ਅਸੀਂ ਤਾਜ ਮਹਿਲ ਤਾਂ ਬਣਾ ਨਹੀਂ ਸਕਦੇ ਪਰ ਉਹਨਾਂ ਦੇ ਨਾਮ ਨੂੰ ਜ਼ਿੰਦਾ ਰੱਖਣਾ ਤੇ ਇਸ ਕਰਕੇ ਹੋਰ ਕੋਈ ਰੀਜ਼ਨ ਨਹੀਂ ਇਹ ਕੋਨਾਂ ਦੀ ਯਾਦ ਬਣੀ ਰਹੇ ਜੋ ਕਿ ਵੈਸੇ ਸਾਡੇ ਦਿਲ ਚ ਤਾਂ ਬਣੀ ਰਹੂਗੀ ਬਟ ਵੈਸੇ ਉਹ ਔਰ ਇਹ ਘਰ ਵੀ ਉਹਨਾਂ ਦਾ ਬਣਾਇਆ ਹੋਇਆ ਦਿਸ ਵਾਸ ਜਦੋਂ ਉਹਦਾ ਨਾ ਹੋਇਆ ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਮੈਂ ਉਹ ਕਿਤੇ ਹੋਰ ਜਾ ਕੇ ਰਹੂੰਗੀ ਮੈਂ ਉਹਨਾਂ ਦੇ ਯਾਦਾਂ ਉਹਨਾਂ ਦੀਆਂ ਸਾਰਾ ਇਹ ਘਰ ਉਹਨਾਂ ਨੇ ਬਣਾਇਆ ਤੇ ਇੱਥੇ ਹੀ ਅੱਛਾ ਲੱਗਦਾ ਮੈਨੂੰ ਤੇ ਰਹਿਣਾ। ਅਲੱਗ-ਅਲੱਗ ਪਹਿਲੂ ਹੁੰਦੇ ਆ। ਬਲਵਿੰਦਰ ਸਿੰਘ ਜਟਾਣਾ ਹੋਰਾਂ ਦੇ ਪਰਿਵਾਰ ਦੇ ਨਾਲ ਜਾ ਕੇ ਵਿ ਲੋਗ ਗੱਲਾਂ ਕਰ ਰਹੇ ਆ। ਔਰ ਇਹ ਦਰਦ ਹੈ ਜਿਸ ਤਰੀਕੇ ਦੇ ਨਾਲ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਪੂਲੇ ਨਿਹੰਗ ਵੱਲੋਂ ਸਾੜ ਦਿੱਤਾ ਜਾਂਦਾ ਉਹਨਾਂ ਦੇ ਮਕਾਨ ਦੇ ਵਿੱਚ ਅੱਗ ਲਗਾ ਦਿੱਤੀ ਜਾਂਦੀ ਔਰ ਚਾਰ ਜੀ ਉਹਨਾਂ ਦੇ ਘਰ ਦੇ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਆ। ਲੇਕਿਨ ਇਹ ਵੀ ਇੱਕ ਕਹਾਣੀ ਹੈ ਇਹ ਵੀ ਇੱਕ ਸਟੋਰੀ ਹੈ ਇਹ ਵੀ ਦੱਸਣੀ ਬੜੀ ਜ਼ਰੂਰੀ ਹੈ ਕਿ ਬਲਵਿੰਦਰ ਸਿੰਘ ਜਟਾਣਾ ਔਰ ਉਹਨਾਂ ਦੇ तमाम ਜੋ ਸਾਥੀ ਜਦੋਂ ਅਟੈਕ ਕਰਦੇ ਆ ਉਹਦੇ ਵਿੱਚ ਅਫਤਾਰ ਸਿੰਘ ਔਲਖ ਵੀ ਸੀਗੇ ਉਹਦੇ ਵਿੱਚ ਐਮਐਲ ਸੇਖਰੀ ਵੀ ਸੀਗੇ ਔਰ ਇਹਨਾਂ ਦਾ ਜੋ ਰੰਜ ਹੈ ਉਹੀ ਹੈ ਕਿ ਸਿਆਸਤ ਜੋ ਸੀਗੀ ਆਪਣਾ ਖੇਡ ਰਚਾਰੀ ਸੀਗੀ ਸਿਆਸਤ ਜੋ ਸੀਗੀ ਐਸਵਾਈਐਲ ਦੇ ਉੱਤੇ ਬਖੂਬੀ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਉਹ ਉਹੀ ਕਰਦੀ ਪੀ ਸੀ ਲੇਕਿਨ ਜੋ ਨੌਕਰੀ ਦੇ ਪੇਸ਼ੇ ਦੇ ਵਿੱਚ ਸੀਗੇ ਅੰਜਾਮ ਉਹਨਾਂ ਨੂੰ ਭੁਗਤਨੇ ਪਏ ਇਹ ਸਵਾਲ ਤੁਹਾਡੇ ਅੰਦਰ ਰਿਹਾ ساری ਉਮਰ ਰਿਹਾ ਹਲੇ ਤੱਕ ਰਿਹਾ ਹੋਣਾ ਕਿ ਇਹ ਸਵਾਲ ਕਿ ਇਸ ਐਸਵਾਈਲ ਦੇ ਉੱਤੇ ਹਮੇਸ਼ਾ ਸਿਆਸਤ ਹੁੰਦੀ ਰਹੀ ਹੈ ਲੇਕਿਨ ਤੁਸੀਂ ਤਾਂ ਨੌਕਰੀ 'ਚ ਸੀਗੇ ਤੁਹਾਡੇ ਵੱਡੇ ਜਿਹੜੇ ਅਵਤਾਰ ਸਿੰਘ ਔਲਖ ਸੀਗੇ ਉਹ ਉਹ ਵੀ ਨੌਕਰੀ ਕਰਦੇ ਪਏ ਸੀਗੇ ਉਹਨਾਂ ਨਾਲ ਜੋ ਹੋਇਆ ਉਹ ਤੀਸਤਾ ਰਹੇਗੀ ਹਮੇਸ਼ਾ ਰਹੇਗੀ ਇਹ ਬਿਲਕੁਲ ਤੁਸੀਂ درست فرمایا ਅ ਅਨਡਾਊਟਿਡਲੀ ਚਾਹੇ ਕੋਈ ਵੀ ਹੋਵੇ ਕਿਸੇ ਦੀ ਵੀ ਮ੍ਰਿਤਿ ਹੋਈ ਹੈ ਕਿਸੇ ਜਿਹੜੇ ਵੀ ਲੋਕ ਮਾਰੇ ਗਏ ਨੇ ਇਹਨਾਂ ਸਾਰੇ ਆਪਰੇਸ਼ਨਸ ਦੇ ਵਿੱਚ ਜਿਵੇਂ ਕਿ ਈਵਨ ਬਲਵਿੰਦਰ ਸਿੰਘ ਜਟਾਣਾ ਈਵਨ ਮੂਸੇਵਾਲਾ ਸਾਨੂੰ ਇਹਨਾਂ ਸਾਰਿਆਂ ਦੀ ਮੌਤ ਦਾ ਵੀ ਉਨਾ ਹੀ ਦੁੱਖ ਹੈ ਅਸੀਂ ਇਹ ਨਹੀਂ ਕਹਿੰਦੇ ਕੋਈ ਸਾਡਾ ਦੁੱਖ ਇਹਨਾਂ ਨਾਲੋਂ ਬਹੁਤ ਹੈ ਕਿਉਂਕਿ ਜਿੱਥੇ ਵੀ ਕੋਈ ਬੰਦਾ ਜਾਂਦਾ ਉਹ ਆਪਣੇ ਪਿੱਛੇ ਬਹੁਤ ਸਾਰੀਆਂ ਬਹੁਤ ਰੋਣੇ ਥੋਣੇ ਛੱਡ ਕੇ ਜਾਂਦਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਵੀ ਮੇਰੇ ਬਾਅਦ ਆ ਕੁਝ ਹੋਣਾ ਤੇ ਅਸੀਂ ਸਾਰਿਆਂ ਨੂੰ ਇੱਕ ਤਰੀਕੇ ਨਾਲ ਮੰਨਦੇ ਹਾਂ ਕਿ ਸਭ ਨਾਲ ਗਲਤ ਹੋਇਆ ਲੇਕਿਨ ਸੁਰਦਰਪਤਾਰ ਸਿੰਘ ਵਾਲਕਔਰ ਸੇਕਰੀ ਸਾਹਿਬ ਵਗੈਰਾ ਬਿਲਕੁਲ ਨਿਹੱਥੇ ਅਨਗਾਰਡਡ ਲੋਕ ਸੀਗੇ ਉਹਨਾਂ ਨੂੰ ਮੈਂ ਸਰ ਮੈਂ ਸੌਰੀ ਮੈਂ ਟੋਕਦਾ ਪਿਆ ਉਹਨਾਂ ਕੋਲ ਕੋਈ ਸਿਕਿਉਰਟੀ ਵੀ ਨਹੀਂ ਸੀਗੀ ਔਰ ਲੇਕਿਨ ਇਸ ਚੀਜ਼ ਦੀ ਜ਼ਰੂਰਤ ਸੀਗੀ ਕਿਉਂਕਿ ਹਾਲਾਤ ਉਸ ਵੇਲੇ ਜਿਹੜੇ ਸੀਗੇ ਬੇਕਾਬੂ ਸੀਗੇ ਤੁਹਾਨੂੰ ਇਸ ਚੀਜ਼ ਦਾ ਵੀ ਰਿਆ ਬਿਲਕੁਲ ਇਸ ਚੀਜ਼ ਦਾ ਰਿਹਾ ਉਹਨਾਂ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਸੀ ਅੱਜ ਜਿਵੇਂ ਹੁਣ ਕਈ ਲੋਕ ਕਹਿੰਦੇ ਆ ਕਿ ਛੋਟੀ ਛੋਟੀ ਗੱਲ ਦੇ ਉੱਤੇ ਚਾਰ ਚਾਰ ਪੰਜ ਪੰਜ ਸਿਕਿਉਰਿਟੀ ਗਾਰਡਸ ਲੋਕਾਂ ਨੂੰ ਦਿੱਤੇ ਹੋਏ ਆ ਆਫਟਰ ਆਲ ਦੇ ਆਰ ਆਲ ਬੀਇੰਗ ਪੇਡ ਫਰੋਮ ਦਾ ਟੈਕਸ ਪੇਅਰਸ ਮਨੀ ਉਹ ਸਾਰੇ ਤਾਂ ਪਬਲਿਕ ਮਨੀ ਚ ਉਹਨਾਂ ਨੂੰ ਉਹਨਾਂ ਦੀ ਤਨਖਾਹਾਂ ਜਾ ਰਹੀਆਂ ਤੇ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਗਈ ਕਈ ਇਹੋ ਜਿਹੇ ਸ਼ਾਇਦ ਅੱਜ ਵੀ ਹੋਣਗੇ ਜਿਨ੍ਹਾਂ ਨੂੰ ਨਹੀਂ ਔਰ ਐਸਵਾਈਐਲ ਕੋਈ ਆਲਕ ਸਾਬ ਦਾ ਜਾਂ ਸੇਕਰੀ ਸਾਬ ਦਾ ਪਰਸਨਲ ਮੁੱਦਾ ਜਾਂ ਪ੍ਰੋਜੈਕਟ ਤਾਂ ਹੈ ਨਹੀਂ ਸੀ ਉਹਤੇ ਸਰਕਾਰ ਦੇ ਬਚਿੰਦੇ ਸੀ ਉਹਨਾਂ ਨੂੰ ਨਿਹੱਥਿਆਂ ਨੂੰ ਜਾ ਕੇ ਉੱਥੇ ਮਾਰਦਾ ਉਸ ਦੇ ਉਹ ਸਿੰਪਲੀ ਡੂਇੰਗ ਦੈ ਡਿਊਟੀ ਸੋ ਅਬ ਉਹਨਾਂ ਦੀ ਮੌਤ ਤੋਂ ਬਾਅਦ ਕੋਈ ਤੁਹਾਨੂੰ ਤਾਂ ਨਹੀਂ ਕਿਸੇ ਤਰੀਕੇ ਦੇ ਨਾਲ ਕੋਈ ਖਤਰਾ ਲੱਗਾ ਜਾਂ ਤੁਹਾਨੂੰ ਮਹਿਸੂਸ ਹੋਇਆ ਕਿ ਇਹ ਹੋ ਗਿਆ ਜਾਂ ਤੁਹਾਨੂੰ ਤੁਹਾਡੀ ਉਸ ਤੋਂ ਬਾਅਦ ਜ਼ਿੰਦਗੀ ਸੀਗੀ ਜਿਹੜੀ ਕੁਝ ਸਾਲਾਂ ਤੱਕ ਡਰ ਚ ਨਿਕਲੀ ਜਾਂ ਕਿਸ ਤਰ੍ਹਾਂ ਨਿਕਲੀ ਨਹੀਂ ਬੀਗ ਵੈਰੀ ਓਨੈਸਟ ਵਿਦ ਯੂ ਏਦਾਂ ਦੀ ਕੋਈ ਮੈਨੂੰ ਗੱਲ ਨਹੀਂ ਮਹਿਸੂਸ ਹੋਈ ਕਿਉਂਕਿ ਹੁਣ ਮੈਂ ਇਹਦੇ ਵਿੱਚੋਂ ਐਵੇਂ ਹੀ ਰਾਜਨੀਤੀ ਕੱਢੀ ਜਾਵਾਂ ਜਾਂ ਕੁਝ ਹੈ ਜਿਹਾ ਬਿਆਨ ਨਾ ਬਿਲਕੁਲ ਕੁਝ ਐਸਾ ਮਹਿਸੂਸ ਨਹੀਂ ਹੋਇਆ ਕਿਉਂਕਿ ਮੈਂ ਇੱਕ ਪਹਿਲੀ ਗੱਲ ਤਾਂ ਮੈਂ ਇੱਕ ਆਪ ਆਰਮੀ ਆਫੀਸਰ ਸੀ ਔਰ ਮੈਨੂੰ ਕੋਈ ਛੋਟੀ ਮੋਟੀ ਚੀਜ਼ ਤੋਂ ਤਾਂ ਮੈਨੂੰ ਵੈਸੇ ਹੀ ਨਹੀਂ ਕੋਈ ਘਬਰਾਹਟ ਹੁੰਦੀ ਤੇ ਉਸ ਤੋਂ ਬਾਅਦ ਮੇਰੀ ਚੰਗੀ ਸਰਵਿਸ ਕਰਕੇ ਕਿਉਂਕਿ ਫੌਜ ਦੇ ਵਿੱਚ ਵੀ ਠੀਕ ਸਰਵਿਸ ਕਰ ਲਿਆ ਸੀ ਤੇ ਮੈਨੂੰ ਸੈਂਟਰਲ ਪੁਲਿਸ ਦੇ ਵਿੱਚ ਆਲਸੋ ਆ ਜੁਆਇੰਡ ਐਜ਼ ਐਨ ਅਸਿਸਟੈਂਟ ਕਮਾਂਡੈਂਟ ਉਹ ਉਹਨਾਂ ਦੇ ਮੇਰੇ ਪਾਪਾ ਦੀ ਡੈਥ ਤੋਂ 2 ਸਾਲ ਬਾਅਦ ਮੇਰੇ ਸਹੁਰਾ ਸਾਹਿਬ ਦੀ ਡੈਥ ਤੋਂ 1.5-2 ਸਾਲ ਬਾਅਦ ਮੈਂ ਜੁਆਇਨ ਕੀਤਾ ਪਰ ਉਹਦਾ ਕਿਸੇ ਤਰੀਕੇ ਨਾਲ ਵੀ ਕੋਈ ਕੰਪਨਸੇਟਰੀ ਪੋਸਟਿੰਗ ਨਹੀਂ ਸੀਗੀ ਉਹ ਮੇਰੀ ਆਪਣੀ ਐਕਸ ਸਰਵਿਸਮੈਨ ਹੋਣ ਦੇ ਨਾਤੇ ਮੈਂ ਉਹ ਪੋਸਟਿੰਗ ਲਈ ਸੀ ਆ ਮੈਂ ਜੁਆਇਨ ਕੀਤਾ ਸੀ ਲੇਕਿਨ ਮੈਂ ਕਦੇ ਵੀ ਕਿਸੇ ਬਦਲਾ ਖੋਰੀ ਦੇ ਤਰੀਕੇ ਨਾਲਿਆ ਕੋਈ ਐਦਾਂ ਦੀ ਨਾ ਚੀਜ਼ ਸੋਚੀ ਨਾ ਕੋਈ ਇਹ ਜੀ ਕਾਰਵਾਈ ਕੀਤੀ ਤੇ ਮੈਨੂੰ ਇਸ ਚੀਜ਼ ਦਾ ਹਮੇਸ਼ਾ ਰੰਜ ਜ਼ਰੂਰ ਰਿਹਾ ਹੈ ਕਿ ਜਿਹੜੀ ਚੀਜ਼ ਰਾਜਨੀਤਿਕ ਤੌਰ ਤੇ ਹੱਲ ਹੋ ਸਕਦੀਆਂ ਨੇ ਜਿੰਨੀਆਂ ਚੀਜ਼ਾਂ ਨੂੰ ਤੁਸੀਂ ਪੋਲੀਟੀਕਲੀ ਸੋਲਵ ਕਰ ਸਕਦੇ ਹੋ ਉਹਨਾਂ ਨੂੰ ਆਮ ਲੋਕਾਂ ਦੇ ਖੂਨ ਖਰਾਬੇ ਦਾ ਮਸਲਾ ਬਣਾ ਕੇ ਤੇ ਜ਼ਿੰਦਗੀਆਂ ਤਬਾਹ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੇ ਰਾਜਨੀਤਿਕ ਲੋਗ ਨੇ 200 ਐਕਚੁਅਲੀ ਪੋਲਿਟੀਕਲੀ ਯੂ نو ਅਲਾਈਂਡ ਐਂਡ ਮੋਟੀਵੇਟਿਡ ਓ ਲੋਗ ਦੇ ਆਰ ਹੈਪੀਲੀ ਇੰਜੋਇੰਗ ਲਾਈਫ ਜਦੋਂ ਮੈਂ ਤੁਹਾਡੀ ਉਹ ਪੋਸਟ ਪੜਦਾ ਪਿਆ ਸੀਗਾ ਤੇ ਤੁਸੀਂ ਜਦੋਂ ਸਿੱਧੂ ਮੂਸੇਵਾਲੇ ਦੇ ਗੀਤ ਦਾ ਜ਼ਿਕਰ ਕਰਦੇ ਹੋ ਤਾਂ ਤੁਸੀਂ 295 ਨੂੰ ਮੈਚ्योर ਗੀਤ ਦੱਸਦੇ ਹੋ ਲੇਕਿਨ ਜਿਹੜਾ ਐਸਵਾਈਐਲ ਗੀਤ ਜੋ ਹੁਣ ਰਿਲੀਜ਼ ਹੋਇਆ ਔਰ ਜਿਸ ਤਰੀਕੇ ਦੇ ਨਾਲ ਲੋਕ ਉਹਨੂੰ ਸੁਣਦੇ ਪਿਆ ਔਰ ਜਿਸ ਤਰੀਕੇ ਦੇ ਨਾਲ ਉਹਦੀ ਵਾਹਵਾਹੀ ਹੁੰਦੀ ਪਈ ਆ ਉਹਨੂੰ ਤੁਸੀਂ ਇਮੈਚੂਰ ਦੱਸਦੇ ਹੋ ਇਹਦੀ ਵਜ੍ਹਾ ਕੀ ਹੈ ਜੀ ਦੇਖੋ ਜੀ ਇੱਕ ਤਾਂ एसवाईएल ਦੇ ਬਾਰੇ ਉਹ ਲੋਕ ਗੱਲ ਕਰ ਸਕਦੇ ਆ ਜਿਨ੍ਹਾਂ ਨੇ ਉਸ ਨੂੰ ਹੰਡਾਇਆ ਬਹੁਤ ਜਿਨ੍ਹਾਂ ਨੇ ਉਸ ਦੀ ਤਰਾਸ ਦੀ ਸਹੀ ਹੈ ਦੂਜੀ ਗੱਲ ਹੈ ਕਿ ਅਨਡਾਊਟਿਡਲੀ ਜਿਹੜਾ 295 ਉਹਦੇ ਵਿੱਚ ਉਹ ਕੁਝ ਐਸੀ ਗੱਲਾਂ ਵੀ ਕਰਦਾ ਹੈ ਜਿਵੇਂ ਕਿ ਧਰਮਾਂ ਦੇ ਨਾਂ ਤੇ ਡਿਬੇਟ ਮਿਲੂਗੀ ਉਹ ਮਿਲ ਰਹੀ ਹੈ ਡਿਬੇਟ ਹੀ ਹੁੰਦੀ ਹੈ ਉਸ ਤੋਂ ਬਾਅਦ ਜੇ ਕੋਈ ਕਿਸੇ ਵੀ ਕੁ ਦੇ ਧਰਮ ਦੇ ਖਿਲਾਫ ਬੋਲਦਾ ਤਾਂ ਜਿਹਦੇ ਜਿਹਦੇ ਤੇ ਕੋਈ ਚਾਹੇ 295 ਲਾ ਵੀ ਸਕਦਾ ਹੈ ਅਵੋਇਡ ਵੀ ਕਰ ਸਕਦਾ ਇਗਨੋਰ ਵੀ ਕੀਤੀ ਜਾ ਸਕਦੀ ਹੈ ਲੇਕਿਨ ਜਿਹੜਾ ਇਹ ਹੈ ਇਹਦੇ ਵਿੱਚ ਟੋਪੀ ਤੇ ਟਰਬਨ ਇਹ ਇਹਨਾਂ ਨੂੰ ਦੋ ਥੀੜਾਂ ਬਣਾ ਕੇ ਪੇਸ਼ ਕੀਤਾ ਗਿਆ ਐਸਵਾਈਐਲ ਗੀਤ ਦੇ ਵਿੱਚ ਫਿਰ ਕੁਝ ਇਦਾਂ ਕਿਹਾ ਗਿਆ ਕਿ ਜੇ ਮਤਲਬ ਐਜ਼ ਇਫ ਐਜ਼ ਇਫ ਦ ਕਿਲਰਸ ਆਫ ਯੂ نو ਇੰਜੀਨੀਅਰਸ ਆਫ ਐਸਵਾਈਆਰ ਐਂਡ ਲੇਬਰਰਸ ਦੇ ਹੈਵ ਬੀਨ ਗਲੋਰੀਫਾਈਡ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਅਨਡਾਊਟਿਡਲੀ ਅਸੀਂ ਉਹਨਾਂ ਦੀ ਮੌਤ ਦੇ ਉੱਤੇ ਵੀ ਗਮਗੀਨ ਆ ਅਸੀਂ ਚਾਹੁੰਦੇ ਆ ਵੀ ਇਹ ਸਾਰੇ ਮਸਲੇ ਹੱਲ ਹੋਣ ਸਭ ਨੂੰ ਸ਼ਾਂਤੀ ਦਵੇ ਵਾਹਿਗੁਰੂ ਪਰਮਾਤਮਾ ਸਭ ਚੰਗੀ ਸਾਫ਼ ਸੁਥਰੀ ਜ਼ਿੰਦਗੀ ਜੀ ਸਕਣ ਲੇਕਿਨ ਨਿਹੱਥੇ ਲੋਕਾਂ ਤੇ ਵਾਰ ਕਰਨ ਵਾਲਿਆਂ ਨੂੰ ਤੁਸੀਂ ਹੀਰੋ ਨਹੀਂ ਕਹਿ ਸਕਦੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਗਲੋਰੀਫਿਕੇਸ਼ਨ ਹੈ ਉਹ ਗਲਤ ਹੈ ਹਾਂਜੀ ਮਤਲਬ ਕੋਈ ਮੇਰੇ ਖਿਆਲ ਦੇ ਵਿੱਚ ਮੈਂ ਵੀ ਬਾਰਡਰ ਤੇ ਕੁਝ ਨਾ ਕੁਝ ਐਕਸ਼ਨਸ ਦੇਖੇ ਆ ਸਾਰੇ ਫੌਜੀ ਇਸ ਚੀਜ਼ ਨੂੰ ਦੇਖਦੇ ਆ ਪਰ ਆਈ ਡੋਨਟ ਥਿੰਕ ਥਿਸ ਇਜ਼ ਟੂ ਬੀ ਗਲੋਰੀਫਾਈਡ ਇਹ ਉਹਦੀ ਇੱਕ ਇਮੈਚਿਓਰਿਟੀ ਸੀਗੀ ਕਿ ਔਰ ਦੂਜਾ ਫਿਰ ਮੈਂ ਉਸੇ ਚ ਲੇਖ ਲਿਖਿਆ ਹੀ ਆ ਵੀ ਇਹ ਹੈ देयर ਕੁਡ ਬੀ ਮੈਨੀ ਰੀਜ਼ਨਸ ਪੋਲਿਟিক্যাল ਰੀਜ਼ਨਸ ਬੰਦਾ ਜੋ 뮤직 ਇੰਡਸਟਰੀ ਤੇ ਗੈਂਗਸਟਰਸ ਦਾ ਰੋਲਾ ਹੈ ਗੈਂਗਸਟਰਸ ਦੇ ਦੀ ਆਪਣੀ ਪੋਲਿਟਿਕਸ ਹੈ ਉਹਦੇ ਚੱਲਦੇ ਸ਼ਾਇਦ ਉਹਨੂੰ ਲੱਗਿਆ ਹੋਵੇ ਵੀ ਇਸ ਪਾਸੇ ਜਾ ਕੇ ਮੇਰੀ ਪੋਲਿਟੀਕਲ ਕੰਸਟੀਟਿਊਐਂਸੀ ਸੇਫ ਹੋ ਜੂ ਕਿਉਂਕਿ ਅਨਡਾਊਟਿਡਲੀ ਯੰਗਸਟਰ ਸੀਗਾ ਬੱਚਾ ਸੀ ਉਹ ਸਾਡੇ ਲਈ ਤਾਂ ਇੱਕ ਬੱਚਿਆਂ ਵਰਗਾ ਹੀ ਸੀਗਾ ਤੇ ਅਸੀਂ ਉਹਨੂੰ ਉਹਦੀ ਉਹਦੀ ਮੌਤ ਦਾ ਵੀ ਜਿਵੇਂ ਸਾਰੇ ਪੰਜਾਬ ਨੂੰ ਦੁੱਖ ਹੋਇਆ ਸਾਨੂੰ ਵੀ ਦੁੱਖ ਹੋਇਆ ਵੀ ਵਰ ਸ਼ੌਕਡ ਐਟ ਦਾ ਮਰਡਰ ਆਫ ਥਿਸ ਯੰਗਸਟਰ ਯੂ نو ਬਟ ਇਹ ਜਿਹੜਾ Song ਹੈਗਾ this was uh, this portrays absolutely wrong ਥਿੰਕਿੰਗ ਐਂਡ ਰੋਂਗ ਲਾਈਨ ਆਫ ਯੂ نو ਥੋਟ ਐਂਡ ਐਕਸ਼ਨ ਸਰ ਮੈਂ ਸਾਡੀ ਕਨਵਰਸੇਸ਼ਨ ਨੂੰ ਇੱਥੇ ਪੂਰਨ ਵਿਰਾਮ ਲਾਉਂਗਾ ਫੁੱਲ ਸਟਾਪ ਲਾਉਂਗਾ ਕਿਉਂਕਿ ਇਹ ਤੋਂ ਜ਼ਿਆਦਾ ਜੇ ਕੋਈ ਗੱਲ ਕਰਾਂਗੇ ਤਾਂ ਮੈਨੂੰ ਇੰਜ ਲੱਗਦਾ ਹੈਗਾ ਕਿ ਲੋਕ ਵੀ ਨਹੀਂ ਸਮਝ ਪਾਣਗੇ ਕਿ ਤੁਹਾਡਾ ਦੁੱਖ ਹੈ ਕੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਟਰੋਲਰ ਬੈਠੇ ਹੋਏ ਆ ਉਹਨਾਂ ਨੂੰ ਸਮਝਾਣਾ ਬੜਾ ਔਖਾ ਹੈ ਔਰ ਇਹ ਅਵਤਾਰ ਸਿੰਘ ਔਲਖ ਖੁਰਾਂ ਦਾ ਪਰਿਵਾਰ ਹੈ 90 ਦੇ ਵਿੱਚ ਜਦੋਂ ਕਤਲ ਹੁੰਦਾ 23 ਜੁਲਾਈ ਨੂੰ ਅਵਤਾਰ ਸਿੰਘ ਔਲਖ ਖੋਰਾ ਦਾ ਉਤ ਤੋਂ ਬਾਅਦ ਇਹ ਡਿਸੀਜਨ ਲੈਂਦੇ ਆ ਬਲਵੰਤ ਜੀ ਕਿ ਉਹ ਐਸਸੀ ਮਕਾਨ ਦੇ ਵਿੱਚ ਰਹਿਣਗੇ ਆਪਣੀ ਪਤਨੀ ਦੇ ਨਾਲ ਰਹਿਣਗੇ ਔਰ ਇੱਥੇ ਹੀ ਜ਼ਿੰਦਗੀ ਬਤਾਨਣਗੇ ਔਰ ਇਸ ਜਗ੍ਹਾ ਦਾ ਨਾਮ ਇਹਨਾਂ ਨੇ ਅਵਤਾਰ ਸਿੰਘ ਔਲਖ ਤੋਂ ਬਾਅਦ ਅਵਤਾਰ ਸ਼ੀਸ਼ ਰਖਤਾ ਔਰ ਇਹ ਆਪਣੀ तमाम ਜ਼ਿੰਦਗੀ ਐਸੇ ਸਵਾਲ ਦੇ ਨਾਲ ਇਹਨਾਂ ਨੇ ਕੱਟੀ ਕਿ ਐਸਵਾਈਐਲ ਦੀ ਸਿਆਸਤ ਦੇ ਵਿੱਚੋਂ ਇਹਨਾਂ ਨੇ ਕੀ ਖਟਿਆ ਜਾਂ ਅਵਤਾਰ ਸਿੰਘ ਔਲਖ ਖੋਰਾ ਨੇ ਕੀ ਖਟਿਆ ਜੋ ਕਿ ਨੌਕਰੀ ਕਰਦੇ ਪਏ ਸੀਗੇ ਜੋ ਕਿ ਪੇਸ਼ੇ ਦੇ ਵਿੱਚ ਸੀਗੇ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਤੋਂ ਬਾਅਦ ਉਹਦਾ ਮਜ਼ਦੂਰ ਜਿਹੜੇ ਵਿਚਾਰੇ ਮਾਰੇ ਗਏ ਜਿਨ੍ਹਾਂ ਨੂੰ ਬਿਨਾਂ ਮਤਲਬ ਤੋਂ ਉਹਨਾਂ ਨੂੰ ਵੀ ਬਜ਼ੁਰਾਂ ਦਾ ਵਿਚਾਰਿਆਂ ਦਾ ਕੀ ਕਸੂਰ ਸੀ ਇਹ ਵੀ ਗੱਲ ਹੈ ਔਰ ਮਜ਼ਦੂਰ ਵੀ ਮਾਰੇ ਗਏ ਉਸ ਪੂਰੇ ਪ੍ਰਕਰਨ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਇਹਨੇ ਜ਼ਿੰਦਗੀ ਬਤਾਈ ਹੈ ਔਰ ਅਥਰੂ ਭਰੀਆਂ ਹੰਝੂ ਭਰੀਆਂ ਅੱਖਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਰਵਿੰਦ ਕੌਰ ਜੀ ਨੇ ਆਪਣੀ ਦਾਸਤਾਨ ਬਿਆਨ ਕੀਤੀ ਹੈ ਇਹ ਅਦਰ ਸਾਈਡ ਆਫ ਦਾ ਸਟੋਰੀ ਹੈ ਜੋ ਤੁਹਾਡੇ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਹੈ ਤਾਂ ਕਿ ਜਦੋਂ ਤੁਸੀਂ ਕਿਸੇ ਵੀ ਨਾਮ ਨੂੰ ਲੈ ਕੇ ਜਾਂ ਕਿਸੇ ਨੂੰ ਵੀ ਜਦੋਂ ਗਲੋਰੀਫਾਈ ਕਰੋ ਜਾਂ ਉਹਨੂੰ ਆਪਣਾ ਹੀਰੋ ਮੰਨੋ ਜਾਂ ਖਲਨਾਇਕ ਮੰਨੋ ਤਾਂ ਤੁਹਾਡੇ ਕੋਲ ਉਹਦੇ 네ਗੇਟਿਵ ਐਸਪੈਕਟਸ ਵੀ ਹੋਣੇ ਚਾਹੀਦੇ ਤੇ ਪੋਜ਼ਿਟਿਵ ਐਸਪੈਕਟਸ ਵੀ ਹੋਣੇ ਚਾਹੀਦੇ ਤਾਂ ਹੀ ਡਿਸੀਜਨ ਲੈਣ ਦੇ ਵਿੱਚ ਕੋਈ ਇੱਕ ਤੁਸੀਂ ਚੰਗਾ ਡਿਸੀਜਨ ਲੈ ਸਕਦੇ ਹੋ ਇੱਥੇ ਹੀ ਫੁੱਲ ਸਟਾਪ ਲਗਾਵਾਂਗਾ ਕਿਉਂਕਿ ਗੱਲਾਂ ਬਹੁਤੀਆਂ ਕਰਨੀਆਂ ਆਣੀਆਂ ਕਿਉਂਕਿ ਜ਼ਿਆਦਾਤਰ ਜੋ ਹੁਣ ਕਮੈਂਟਸ ਮੈਂ ਪੜ੍ਹਾਂਗਾ ਜਾਂ ਸਾਡੇ ਵਾਲੇ ਜੋ ਪੜਨਗੇ ਉਹਦੇ ਚ ਇਹੀ ਹੋਏਗਾ ਕਿ ਤੁਸੀਂ ਜ਼ਿਆਦਾਤਰ ਸਮਝੋਗੇ ਨਹੀਂ ਜੇ ਕੋਸ਼ਿਸ਼ ਕਰਨਾ ਦਰਦ ਕੀ ਹੁੰਦਾ ਹੈ ਇਹਨਾਂ ਦੀ ਫੈਮਲੀ ਦਾ ਦਰਦ ਕੀ ਹੈਗਾ ਉਹਨੂੰ ਵੀ ਥੋੜਾ ਜਿਹਾ ਜਾਣਨ ਦੀ ਕੋਸ਼ਿਸ਼ ਕਰਨਾ ਇਨਸਾਨੀਅਤ ਇਸੇ ਦਾ ਨਾਮ ਹੈ ਔਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਅਸੀਂ ਇਨਸਾਨੀਅਤ ਨੂੰ ਲੋਕਾਂ ਤੱਕ ਪਹੁੰਚਾਣੇ ਆ ਇਹ ਗੁਰੂ ਨਾਨਕ ਦੀ ਧਰਤੀ ਹੈ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਘੁੰਮ ਕੇ ਇਨਸਾਨੀਅਤ ਕੀ ਹੁੰਦੀ ਹੈ ਉਹਦਾ ਪਾਠ ਲੋਕਾਂ ਨੂੰ ਪੜਾਇਆ ਸੋ ਇਨਸਾਨੀਅਤ ਦੇ ਤੌਰ ਦੇ ਉੱਤੇ ਇਸ ਇੰਟਰਵਿਊ ਨੂੰ ਦੇਖਣਾ ਔਰ ਜੋ ਕਮੈਂਟ ਕਰਨਗੇ ਪੱਦੀ ਸ਼ਬਦਾਵਲੀ ਵਰਤਣਗੇ ਉਹਨਾਂ ਨੂੰ ਫਿਰ ਉਹ ਚੀਜ਼ ਮੁਬਾਰਕ ਹੈ ਕੈਮਰੇ ਤੇ ਸਾਦਰ ਸੀਗੇ ਸੁਖਵਿੰਦਰ ਮੇਰਾ ਨਾਮ ਹੈ ਲੰਕੇਸ਼ ਤਖਾ ਰੋਜ਼ਾਨਾ ਸਪੋਕਸਮੈਨ ਲਈ